ਮੈਂ ਸੁਖਬੀਰ ਸਿੰਘ, ਉਮਰ ਮੇਰੀ ਹੈਗੀ ਜੀ 52। ਮੈਂ ਮੋਟਾਪੇ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਸੀ, ਮੇਰਾ 146 ਕਿਲੋ ਦੇ ਕਰੀਬ ਵੇਟ ਸੀ ਅਤੇ ਮੈਨੂੰ ਕਿਸੇ ਨੇ ਡਾਕਟਰ ਅਮਿਤ ਗਰਗ ਬਾਰੇ ਦੱਸਿਆ ਅਤੇ ਮੈਂ ਉਹਨਾਂ ਨੂੰ ਮਿਲਿਆ ਅਤੇ ਉਹਨਾਂ ਨੇ ਮੇਰੀ ਸਰਜਰੀ ਕੀਤੀ ਅਤੇ ਹੁਣ ਮੇਰਾ ਵੇਟ 131 ਦੇ ਕਰੀਬ ਰਹਿ ਗਿਆ। ਸਰਜਰੀ ਨੂੰ 1 ਮਹੀਨਾ ਹੋ ਗਿਆ ਜੀ, ਅੱਜ 1 ਮਹੀਨੇ ਦੇ ਵਿੱਚ 14 ਕਿਲੋ ਵੇਟ ਲੋਸ ਹੋ ਗਿਆ ਜੀ ਅਤੇ ਮੈਂ ਬਹੁਤ ਬਹੁਤ ਵਧੀਆ ਮਹਿਸੂਸ ਕਰ ਰਿਹਾ ਅਤੇ ਮੇਰੀ ਸ਼ੂਗਰ ਦੀ ਦਵਾਈ ਵੀ ਬੰਦ ਹੋ ਗਈ, BP ਦੀ ਦਵਾਈ ਵੀ ਬੰਦ ਹੋ ਗਈ ਅਤੇ ਮੈਨੂੰ ਕੋਈ ਵੀ ਐਨਰਜੀ ਵੀ ਬਹੁਤ ਆ ਗਈ ਅਤੇ ਮੈਂ ਆਪਣੇ ਆਪ ਨੂੰ ਬਹੁਤ ਚੰਗਾ ਫੀਲ ਕਰ ਰਿਹਾ। ਸ਼ੂਗਰ ਦੀ ਪ੍ਰੋਬਲਮ ਸੀ, BP ਦੀ ਪ੍ਰੋਬਲਮ ਸੀ, ਉਹ ਸਾਰੀ ਠੀਕ ਹੋ ਗਈ ਹੈ। ਮੈਂ ਤੁਰਿਆ ਨਹੀਂ ਸੀ ਜਾਂਦਾ ਮੇਰੇ ਤੋਂ ਬਿਲਕੁਲ ਵੀ, ਹੁਣ ਮੈਂ ਐਂ ਚੰਗੀ ਤਰ੍ਹਾਂ ਬਹੁਤ ਜ਼ਿਆਦਾ ਤੇਜ਼ ਵੀ ਚੱਲ ਸਕਦਾ, ਮਤਲਬ ਆਪਣੇ ਆਪ ਤੁਰਨ ਫਿਰਨ ਦੇ ਵਿੱਚ, ਆਫਿਸ ਜਾਣ ਦੇ ਵਿੱਚ, ਰਿਸ਼ਤੇਦਾਰੀ ਜਾਣ 'ਚ ਵੀ ਅੱਛਾ ਲੱਗਦਾ। ਨਹੀਂ ਤਾਂ ਪਹਿਲਾਂ ਕੱਪੜੇ ਹੀ ਨਹੀਂ ਸੀ ਮਿਲਦੇ, ਕੋਈ ਵੀ ਮੈਨੂੰ ਹੁਣ ਪ੍ਰੋਬਲਮ ਨਹੀਂ ਹੈਗੀ। ਸਰਜਰੀ ਤੋਂ ਮੈਂ ਤੀਸਰੇ ਦਿਨ ਡਿਸਚਾਰਜ ਹੋ ਗਿਆ ਸੀ ਅਤੇ 5-6 ਦਿਨ ਤੋਂ ਬਾਅਦ ਮੈਂ ਆਫਿਸ ਵੀ ਆਪਣਾ ਜੁਆਇਨ ਕਰ ਲਿਆ, ਕੰਮ ਵੀ ਕਰਨਾ ਸ਼ੁਰੂ ਕਰ ਦਿੱਤਾ ਅਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ, ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ। ਆਪਣੇ ਆਪ ਨੂੰ ਮਤਲਬ ਬਹੁਤ ਤਸੱਲੀ ਹੋ ਗਈ ਹੈ। ਡਾਕਟਰ ਅਮਿਤ ਗਰਗ ਦਾ ਬਹੁਤ ਵਧੀਆ ਟੀਮ ਹੈ ਸਾਰੀ ਜੀ। ਸਾਡੇ ਕਈ ਰਿਲੇਟਿਵ ਨੇ ਕਰਾਇਆ, ਆਪਰੇਸ਼ਨ ਕੀਤਾ ਕਰਵਾਇਆ ਸੀ ਇੱਥੋਂ, ਉਹਨਾਂ ਤੋਂ ਅਸੀਂ ਪੁੱਛ ਕੇ ਗਾਈਡੈਂਸ ਲੈ ਕੇ ਫਿਰ ਬੜੇ ਹੌਸਲੇ ਨਾਲ ਕਰਵਾ ਲਿਆ ਜੀ। ਮੇਰਾ ਡਿਸੀਜਨ ਮੈਨੂੰ ਆਪਣੇ ਆਪ ਨੂੰ ਬਹੁਤ ਵਧੀਆ ਲੱਗ ਰਿਹਾ, ਮਤਲਬ ਕੋਈ ਪਰੇਸ਼ਾਨੀ ਨਹੀਂ ਹੈ। ਕਿਸੇ ਨੂੰ ਵੀ ਕੋਈ ਪ੍ਰੋਬਲਮ ਹੋਵੇ ਬੇਝਿਜਕ ਆ ਕੇ ਕਰਵਾਉਣਾ ਚਾਹੀਦਾ ਜੀ। ਬਹੁਤ ਜ਼ਿਆਦਾ ਖੁਸ਼ ਹਾਂ ਜੀ, ਬਹੁਤ ਜ਼ਿਆਦਾ।